वो अमृत छकन अमृत संचार दे होना 30 तरीक नूं अकाल तख्त साहिब दे उपर अमृत छकन जिहड़ा गुरु दे चरणां शीश भेट करना नौजवानों ने नशे छड के नशे कोड कृतियां छड के केसा धारी हो के अमृत छक के सिंह सजना तैयार भाई साहब तुसीं इक गल दी गल कर रहे हो तुसीं कह रहे हो कि नौजवानों नूं सीधे रस्ते पा रहे हैं जथियां दे रूप दे विच अमृत छकाए जा रहे हैं पर हुकूमतां तुहाडी जांच करवा रही है। देखो हुकूमत असल अमृत विरोधी है मानते हो ना यह गल जे तो हुकूमत होंगी राजनीतिक विरोध हों तो फिर धार्मिक विरोध तक उतरते उन्होंने असल प्रॉब्लम यह भी सिख नौजवान सुधर के अमृत ना छक ले सिखा के घर पे पुत्र नशे जी मरन वो चाहते हैं जो कोई आवाज उठती है उन्होंने सही राह तोड़ने लिए जांच होनी है उन्होंने जांच नशे पत्ते गलत नहीं मैं देखो मैं हूँ फ्रिज च लग जावा गल्लां जिहड़ियां जिद्दां दियां हैगियां उदों दियां होणगियां मैं ते सिद्धी जी गल करदा कि गल जे झूठ बोलना फिर घेर लो जे मैं सच बोलिया हुकूमत दे बंदे बयान दिंदे वी चुक के मैनूं जेल सुट्टो ये तत्ती गल है कि छड्डी गल है अमृत छकाउण वाले बंदे नूं जेल सुट्टो ये गल तत्ती नहीं हुकूमत दा बणिया एम एल ए बयान दिंदा है फिर झूठ बोलदे ने वी सानूं धमकियां आ रहियां जे एम एल ए नूं धमकियां दे सकदा कोई आम बंदे दा की हाल होगा तत्तियां गल्लां कौन करदा है इन्हां दे पत्रकार सिद्धू मूसेवाले दा कतल करन दे हुंदा जदों पत्रकार इनफॉर्मेशन लीक करते हैं सिक्योरिटी की है वो पत्रकार ने की कार्रवाई हुई है वो मां थां थां ते विलकदी फिरदी है इंसाफ लई तत्तियां गल्लां होर करन उहदे की करन नौजवान नहीं पर इहदा हल की है फिर हल इहदा पंजाब दे लोकां नूं लाभ होणा पैणा सिद्धे रस्ते पाया जा रहा है एक पासा दूजा पासा जिहड़ा हुकूमत जां स्टेट समझदी है कि एक वक्री स्टेट की गल कर रहे ने वक्री स्टेट की वक्री स्टेट की गल करना किहड़े कानूनी जुर्म है जे ते हैगा ते तुसीं मैनूं दस दिओ तुसीं पत्रकार जो जे कोई एम एल ए दस सकदा उह दस दे सुप्रीम कोर्ट तों वड्डा एम एल ए सुप्रीम कोर्ट दा मैंडेट कहिंदा पीसफुली खालिस्तान की गल असीं कर सकदे आ ਕਿਹੜੇ ਸ਼ਾਸਤਰ ਚੁੱਕੇ ਸੀ ਕਲਸਾ ਗੱਲ ਇਹ ਨਾ ਉਹ ਅਮਲ ਕਰਨ ਤਾਂ ਇਧਰ ਅਮਲ ਹੋਇਆ ਫਿਰ ਜੇ ਅਮਲ ਨਹੀਂ ਕਰਦੇ ਸਵਾਲ ਤੁਹਾਡੇ ਉਹਨਾਂ ਨੂੰ ਹੋਣਾ ਚਾਹੀਦਾ ਜੇਕਰ ਕਿਸੇ ਵੀ ਕਿਸਮ ਦੀ ਕਾਨੂੰਨੀ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਅਦਾਲਤ ਦੇ ਵੱਲੋਂ ਕੁਝ ਕਿਹਾ ਜਾਂਦਾ ਹੈ ਸਹਿਯੋਗ ਕਰੋਗੇ ਅੱਜ ਕਰ ਲੈਣ ਮੈਂ ਕੋ ਕਾਲਾ ਦਾਲਾ ਕੀਤਾ ਮੇਰੀ ਜਿਹੜੀ ਮਰਜ਼ੀ ਜਾਂਚ ਕਰੋ ਮੇਰਾ ਸਵਾਲ ਉੱਡਾ ਕੇ ਨਾ ਸਟੇਟ ਸ਼ੈਲਟਰ ਹੈ ਤੁਹਾਡੇ ਤੇ ਸਵਾਲ ਉੱਡਦਾ ਤੁਸੀਂ ਸਟੇਟ ਸ਼ੈਲਟਰ ਤੁਹਾਨੂੰ ਕਰ ਰਹੀ ਹੈ ਦੇਖੋ ਸਟੇਟ ਸ਼ੈਲਟਰ ਕਰ ਰਹੀ ਹੈ ਸਟੇਟ ਦੇ ਅਮਲ ਦੇ ਖਿਲਾਫ ਬਿਆਨ ਦੇ ਰਹੇ ਨੇ ਤੁਸੀਂ ਫੈਸਲਾ ਕਰ ਲਓ ਫੈਸਲਾ ਕਰਕੇ ਇਹ ਤੈਅ ਕਰੋ ਸਾਰੇ ਜਣੇ ਰਲ ਕੇ ਕਿ ਮੈਂ ਬੰਦਾ ਕਿਹਦਾ ਪਈ ਕਿਉਂਕਿ ਇੱਕ ਬੰਦਾ ਮੈਨੂੰ ਕੋਈ ਇੰਡੀਅਨ ਸਟੇਟ ਦਾ ਕਹੀ ਜਾਂਦਾ ਕੋਈ ਮੈਨੂੰ ਆਈ ਸਹੀ ਦਾ ਕਹੀ ਜਾਂਦਾ ਕੋਈ ਬੰਦਾ ਮੈਨੂੰ ਕਹਿੰਦਾ ਵੀ ਪੰਥਕ ਏਜੰਸੀਆਂ ਨੇ ਕੋਈ ਕੈਨੇਡਾ ਤੋਂ ਭੇਜ ਦਿੰਦਾ ਮੈਂ ਇੱਕੋ ਹੀ ਮਨੁੱਖ ਹਾਂ ਮਹਾਰਾਜ ਨੇ ਚਲੋ ਕਿਰਪਾ ਕਰਕੇ ਸੇਵਾ ਲੈਣੀ ਹੈ ਚਾਕਰੀ ਕਰਨੀ ਹੈ ਪੰਥ ਦੀ ਪਰ ਇਹ ਜਿਹੜੀ ਕੰਟਰਾਡਿਕਟਰੀ ਸਿਚੁਏਸ਼ਨਸ ਹੈ ਵੀ ਸਟੇਟ ਦੇ ਆਪਣੇ ਬਿਆਨ ਨਹੀਂ ਰਲਦੇ ਉਹਦਾ ਉਹਨਾਂ ਤੋਂ ਪਹਿਲਾਂ ਫੈਸਲਾ ਕਰਨਾ ਪੈਂਦਾ ਉਹ ਅੰਮ੍ਰਿਤ ਛਕਣ ਅੰਮ੍ਰਿਤ ਸੰਚਾਰ ਦੇ ਹੋਣਾ 30 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਅੰਮ੍ਰਿਤ ਛਕਣ ਜਿਹੜਾ ਗੁਰੂ ਦੇ ਚਰਨਾਂ ਸੀਸ ਭੇਟ ਕਰਨਾ ਨੌਜਵਾਨਾਂ ਨੇ ਨਸ਼ੇ ਛੱਡ ਕੇ ਨਸ਼ੇ ਕੋੜ ਕ੍ਰਿਤੀਆਂ ਛੱਡ ਕੇ ਕੇਸਾ ਧਾਰੀ ਹੋ ਕੇ ਅੰਮ੍ਰਿਤ ਛਕ ਕੇ ਤੇ ਸਿੰਘ ਸਜਣਾ ਤਿਆਰ ਭਾਈ ਸਾਹਿਬ ਤੁਸੀਂ ਇੱਕ ਗੱਲ ਦੀ ਗੱਲ ਕਰ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਨੌਜਵਾਨਾਂ ਨੂੰ ਸਿੱਧੇ ਰਸਤੇ ਪਾ ਰਹੇ ਆ ਜਥਿਆਂ ਦੇ ਰੂਪ ਦੇ ਵਿੱਚ ਅੰਮ੍ਰਿਤ ਛਕਾਏ ਜਾ ਰਹੇ ਆ ਪਰ ਹਕੂਮਤਾਂ ਤੁਹਾਡੀ ਜਾਂਚ ਕਰਵਾ ਰਹੀ ਹੈ ਦੇਖੋ ਹਕੂਮਤ ਅਸਲ 'ਚ ਅੰਮ੍ਰਿਤ ਵਿਰੋਧੀ ਹੈ ਮੰਨਦੇ ਹੋ ਨਾ ਇਹ ਗੱਲ ਜੇ ਤੇ ਹਕੂਮਤ ਹੁੰਦੀ ਰਾਜਨੀਤਿਕ ਵਿਰੋਧ ਹੁੰਦਾ ਤੇ ਫਿਰ ਧਾਰਮਿਕ ਵਿਰੋਧ ਤੇ ਉਤਰਦੇ ਉਹਨਾਂ ਨੂੰ ਅਸਲ ਪ੍ਰੋਬਲਮ ਇਹ ਆ ਵੀ ਸਿੱਖ ਨੌਜਵਾਨ ਸੁਧਰ ਕੇ ਅੰਮ੍ਰਿਤ ਨਾ ਛਕ ਲਏ ਸਿੱਖਾਂ ਦੇ ਘਰ ਪਏ ਪੁੱਤਰ ਨਸ਼ੇ ਜੀ ਮਰਨ ਉਹ ਚਾਹੁੰਦੇ ਆ ਜਦੋਂ ਕੋਈ ਆਵਾਜ਼ ਉੱਠਦੀ ਹੈ ਉਹਨਾਂ ਨੂੰ ਸਹੀ ਰਾਹ ਤੋੜਨ ਲਈ ਉਹਦੀ ਜਾਂਚ ਹੋਣੀ ਆ ਉਹਨਾਂ ਨਾਲ ਜਾਂਚ ਨਸ਼ੇ ਪੱਤੇ ਜਿਹੜੀ ਤੁਹਾਡੀਆਂ ਗੱਲਾਂ ਤੱਤੀਆਂ ਹੈ ਕਹਿੰਦੇ ਲੋਕਾਂ ਨੂੰ ਨਹੀਂ ਮੈਂ ਦੇਖੋ ਆਉਂਦੀਆਂ ਨੇ ਕਹਿੰਦੇ ਮੈਂ ਹੁਣ ਫ੍ਰਿਜ 'ਚ ਲੱਗ ਜਾਵਾਂ ਗੱਲਾਂ ਜਿਹੜੀਆਂ ਜਿੱਦਾਂ ਦੀਆਂ ਹੈਗੀਆਂ ਉਦੋਂ ਦੀ ਹੋਣਗੀਆਂ ਮੈਂ ਤੇ ਸਿੱਧੀ ਜੀ ਗੱਲ ਕਰਦਾ ਵੀ ਗੱਲ ਜੇ ਝੂਠ ਬੋਲਾਂ ਫਿਰ ਘੇਰ ਲਓ ਜੇ ਮੈਂ ਸੱਚ ਬੋਲਿਆ ਹਕੂਮਤ ਦੇ ਬੰਦੇ ਬਿਆਨ ਦਿੰਦੇ ਵੀ ਚੁੱਕ ਕੇ ਮੈਨੂੰ ਜੇਲ੍ਹ ਸੁੱਟੋ ਇਹ ਤੱਤੀ ਗੱਲ ਹੈ ਕਿ ਛੱਡੀ ਗੱਲ ਹੈ ਅੰਮ੍ਰਿਤ ਛਕਾਉਣ ਵਾਲੇ ਬੰਦੇ ਨੂੰ ਜੇਲ੍ਹ ਸੁੱਟੋ ਇਹ ਗੱਲ ਤੱਤੀ ਨਹੀਂ ਹਕੂਮਤ ਦਾ ਬਣਿਆ ਐਮ ਐਲ ਏ ਬਿਆਨ ਦਿੰਦਾ ਫਿਰ ਝੂਠ ਬੋਲਦੇ ਨੇ ਵੀ ਸਾਨੂੰ ਧਮਕੀਆਂ ਆ ਰਹੀਆਂ ਜੇ ਐਮ ਐਲ ਏ ਨੂੰ ਧਮਕੀਆਂ ਦੇ ਸਕਦਾ ਕੋਈ ਆਮ ਬੰਦੇ ਦਾ ਕੀ ਹਾਲ ਹੋਊਗਾ ਤੱਤੀਆਂ ਗੱਲਾਂ ਕੌਣ ਕਰਦਾ ਇਹਨਾਂ ਦੇ ਪੱਤਰਕਾਰ ਸਿੱਧੂ ਮੂਸੇਵਾਲੇ ਦਾ ਕਤਲ ਕਰਨ ਦੇ ਉਹ ਹੁੰਦਾ ਜਦੋਂ ਪੱਤਰਕਾਰ ਇਨਫੋਰਮੇਸ਼ਨ ਲੀਕ ਕਰਦੇ ਆ ਸਿਕਿਉਰਿਟੀ ਦੀ ਹੈ ਉਹ ਪੱਤਰਕਾਰ ਨੇ ਕੀ ਕਾਰਵਾਈ ਹੋਈ ਹੈ ਉਹ ਮਾਂ ਥਾਂ ਥਾਂ ਤੇ ਵਿਲਕਦੀ ਫਿਰਦੀ ਹੈ ਇਨਸਾਫ ਲਈ ਤੱਤੀਆਂ ਗੱਲਾਂ ਹੋਰ ਕਰਨ ਉਹਦੇ ਕੀ ਕਰਨ ਨੌਜਵਾਨ ਨਹੀਂ ਪਰ ਇਹਦਾ ਹੱਲ ਕੀ ਹੈ ਫਿਰ ਹੱਲ ਇਹਦਾ ਪੰਜਾਬ ਦੇ ਲੋਕਾਂ ਨੂੰ ਲਾਭ ਹੋਣਾ ਪੈਣਾ ਸਿੱਧੇ ਰਸਤੇ ਪਾਇਆ ਜਾ ਰਿਹਾ ਹੈ ਇੱਕ ਪਾਸਾ ਦੂਜਾ ਪਾਸਾ ਜਿਹੜਾ ਹਕੂਮਤ ਜਾਂ ਸਟੇਟ ਸਮਝਦੀ ਹੈ ਕਿ ਇੱਕ ਵੱਖਰੀ ਸਟੇਟ ਦੀ ਗੱਲ ਕਰ ਰਹੇ ਨੇ ਵੱਖਰੀ ਸਟੇਟ ਦੀ ਵੱਖਰੀ ਸਟੇਟ ਦੀ ਗੱਲ ਕਰਨਾ ਕਿਹੜੇ ਕਾਨੂੰਨੀ ਜੁਰਮ ਹੈ ਜੇ ਤੇ ਹੈਗਾ ਤਾਂ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਪੱਤਰਕਾਰ ਜੋ ਜੇ ਕੋਈ ਐਮ ਐਲ ਏ ਦੱਸ ਸਕਦਾ ਉਹ ਦੱਸ ਦੇ ਸੁਪਰੀਮ ਕੋਰਟ ਤੋਂ ਵੱਡਾ ਐਮ ਐਲ ਏ ਸੁਪਰੀਮ ਕੋਰਟ ਦਾ
ਮੈਂਡੇਟ ਕੀਤਾ ਪੀਸਫੁਲੀ ਖਾਲਸਤਾਨ ਦੀ ਗੱਲ ਅਸੀਂ ਕਰ ਸਕਦੇ ਹਾਂ ਕਿਹੜੇ ਸ਼ਸਤਰ ਚੁੱਕੇ ਸੀ ਖਾਲਸਾ ਗੱਲ ਇਹ ਨਾ ਉਹ ਅਮਲ ਕਰਨ ਤਾਂ ਇੱਧਰ ਅਮਲ ਹੋਇਆ ਫਿਰ ਜੇ ਅਮਲ ਨਹੀਂ ਕਰਦੇ ਸਵਾਲ ਤੁਹਾਡੇ ਉਹਨਾਂ ਨੂੰ ਹੋਣਾ ਚਾਹੀਦੇ ਜੇਕਰ ਕਿਸੇ ਵੀ ਕਿਸਮ ਦੀ ਕਾਨੂੰਨੀ ਜਾਂਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੁਹਾਨੂੰ ਅਦਾਲਤ ਦੇ ਵੱਲੋਂ ਕੁਝ ਕਿਹਾ ਜਾਂਦਾ ਹੈ ਸਹਿਯੋਗ ਕਰੋਗੇ ਕਰ ਲੈਣ ਮੈਂ ਕੋ ਕਾਲਾ ਕਾਲਾ ਕੀਤਾ ਮੇਰੀ ਜਿਹੜੀ ਮਰਜ਼ੀ ਜਾਂਚ ਕਰੋ ਮੇਰਾ ਸਵਾਲ ਉੱਠਦਾ ਕਿ ਸਟੇਟ ਸ਼ੈਲਟਰ ਹੈ ਤੁਹਾਡੇ ਤੇ ਸਵਾਲ ਉੱਠਦਾ ਤੁਸੀਂ ਸਟੇਟ ਸ਼ੈਲਟਰ ਤੁਹਾਨੂੰ ਕਰ ਰਹੀ ਹੈ ਦੇਖੋ ਸਟੇਟ ਸ਼ੈਲਟਰ ਕਰ ਰਹੀ ਹੈ ਸਟੇਟ ਦੇ ਐਮਐਲਏ ਮੇਰੇ ਖਿਲਾਫ ਬਿਆਨ ਦੇ ਰਹੇ ਨੇ ਤੁਸੀਂ ਫੈਸਲਾ ਕਰ ਲਓ ਫੈਸਲਾ ਕਰਕੇ ਇਹ ਤੈਅ ਕਰੋ ਸਾਰੇ ਜਣੇ ਰਲ ਕੇ ਕਿ ਮੈਂ ਬੰਦਾ ਕਿਹਦਾ ਮੈਂ ਕਿਉਂਕਿ ਇੱਕ ਬੰਦਾ ਮੈਨੂੰ ਕੋਈ ਇੰਡੀਅਨ ਸਟੇਟ ਦਾ ਕਹੀ ਜਾਂਦਾ ਕੋਈ ਮੈਨੂੰ ਆਈਸੀਆਈ ਦਾ ਕਹੀ ਜਾਂਦਾ ਕੋਈ ਬੰਦਾ ਮੈਨੂੰ ਕਹਿੰਦਾ ਵੀ ਪੰਥਕ ਏਜੰਸੀਆਂ ਨੇ ਕੋਈ ਕੈਨੇਡਾ ਤੋਂ ਭੇਜ ਦਿੰਦਾ ਮੈਂ ਇੱਕੋ ਹੀ ਮਨੁੱਖ ਹਾਂ ਮਹਾਰਾਜ ਨੇ ਚਲੋ ਕਿਰਪਾ ਕਰਕੇ ਸੇਵਾ ਲੈਣੀ ਹੈ ਚਾਕਰੀ ਕਰਨੀ ਹੈ ਪੰਥ ਦੀ ਪਰ ਇਹ ਜਿਹੜੀ ਕੰਟਰਾਡਿਕਟਰੀ ਸਿਚੁਏਸ਼ਨ ਹੈ ਵੀ ਸਟੇਟ ਦੇ ਆਪਣੇ ਬਿਆਨ ਨਹੀਂ ਰਲਦੇ ਉਹਦਾ ਉਹਨਾਂ ਨੂੰ ਤਾਂ ਪਹਿਲਾਂ ਫੈਸਲਾ ਕਰਨਾ ਪੈਂਦਾ।